ਅਸਲਾਮੁਅਲੈਕਮ ਸਾਰੇ ਭਰਾਵਾਂ ਨੂੰ ਤੇ ਸਾਰੇ ਦੋਸਤਾਂ ਨੂੰ ਤੇ ਸਾਰੇ ਯਾਰਾਂ ਨੂੰ ਤੇ ਸਾਰੇ ਬੇਲੀਆਂ ਨੂੰ ਜਿੱਥੇ ਜਿੱਥੇ ਵੀ ਜੇ ਤੇ ਜਿਹੜੇ ਵੀ ਮੁਲਕ 'ਚ ਜੇ ਜਿਹੜੇ ਵੀ ਸ਼ਹਿਰ ਦੇ ਵਿੱਚ ਜੇ ਮੇਰੇ ਪਾਕਿਸਤਾਨੀ ਜੇ ਸਾਰਿਆਂ ਨੂੰ ਸਲਾਮ ਤੇ ਮੁਹੱਬਤ ਭਰਾ ਸਲਾਮ ਹੈ ਜੀ। ਤੇ ਜਿੱਥੇ ਵੀ ਰਹੋ ਖੁਸ਼ ਰਹੋ ਤੰਦਰੁਸਤ ਰਹੋ ਤੇ ਇੱਕ ਦੂਜੇ ਦੀਆਂ ਖੈਰਾਂ ਮਨਾਉਂਦੇ ਰਹੋ। ਤੇ ਜਨਾਬ ਅੱਜ ਵਿਜ਼ਿਟ ਕਰਨ ਲੱਗੇ ਹਾਂ ਇੱਥੇ ਨਾਲ ਹੀ ਲਾਹੌਰ ਦੇ ਨਾਲ ਹੀ ਛੋਟਾ ਜਿਹਾ ਪਿੰਡ ਹੈ ਸਟਾਫ ਕਹਿ ਲਓ ਪਿੰਡ ਕਹਿ ਲਓ ਚਮਰੂਪੁਰ ਅਤੇ ਚਮਰੂਪੁਰ ਚੱਲੇ ਹਾਂ ਅਤੇ ਜ਼ਰਾ ਉੱਥੇ ਜਾਨਵਰ ਜਿਹੜੇ ਦੇਖਦੇ ਹਾਂ ਕਿ ਉੱਥੇ ਜਾਨਵਰ ਕਿੱਡਾ ਕੁ ਸੋਹਣਾ ਹੈ ਅਤੇ ਕੀ ਖੂਬੀਆਂ ਨੇ। ਮੈਂ ਵੀ ਪਹਿਲੀ ਦਫ਼ਾ ਚੱਲਿਆ ਅਤੇ ਚਲੋ ਵਿਜ਼ਿਟ ਕਰਨੇ ਹਾਂ ਅਤੇ ਨਾਲ ਯਾਰਾਂ ਬੇਲੀਆਂ ਦੇ ਗੱਲਾਂ ਵੀ ਕਰਾਂਗੇ ਅਤੇ ਬਾਤਾਂ ਵੀ ਕਰਾਂਗੇ। ਅਤੇ ਅੱਜ ਜਿਹੜਾ ਤੁਹਾਡਾ ਭਰਾ ਰਿਕਸ਼ੇ 'ਤੇ ਚੱਲਿਆ ਅਤੇ ਰਿਕਸ਼ਾ ਆਪ ਚਲਾ ਕੇ ਐਵੇਂ ਕੋ ਚਾਬੀ ਹੈ ਅਤੇ ਰਿਕਸ਼ਾ ਆਪ ਚਲਾ ਕੇ ਲਿਜਾਵਾਂਗੇ। ਇਹ ਰਿਕਸ਼ਾ ਮੇਰਾ ਹੀ ਹੈ ਜ਼ਾਤੀ ਰਿਕਸ਼ਾ ਹੈ ਅਤੇ ਇਹ ਚਲਾਵਾਂਗੇ। ਨਾਲ ਹੋਵੇਗਾ ਮੇਰਾ ਵੀਰ ਛੋਟਾ ਮੁਹੰਮਦ ਉਮਰ ਅਤੇ ਚਲੋ ਚੱਲਦੇ ਹਾਂ। ਅਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ ਸ਼ੇਅਰ ਕਰੋ ਔਰ ਕਮੈਂਟ ਕਰਕੇ ਮੈਨੂੰ ਦੱਸਿਆ ਜੇ ਕਿ ਇਹ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ। ਅਤੇ ਚਲੋ ਫਿਰ ਚੱਲੀਏ। ਇਹ ਜੀ ਰਿਕਸ਼ਾ ਮੇਰਾ, ਇਹ ਰਿਕਸ਼ਾ ਜਿਹੜਾ ਉਹ ਮੇਰਾ ਹੀ ਰਿਕਸ਼ਾ ਕਿ ਮੇਰੇ ਵਾਲਦ ਸਾਹਿਬ ਦੀ ਮੇਰੇ ਵਾਸਤੇ ਨਿਸ਼ਾਨੀ ਹੈ ਕਿ ਮੇਰੇ ਵਾਲਦ ਸਾਹਿਬ ਰਿਕਸ਼ਾ ਪਹਿਲਾਂ ਚਲਾਉਂਦੇ ਸਨ ਅਤੇ ਹੁਣ ਮੇਰੇ ਵਾਲਦ ਸਾਹਿਬ ਤੋਂ ਰਿਕਸ਼ਾ ਮੇਰੇ ਕੋਲ ਆਇਆ ਔਰ ਮੇਰੇ ਤੋਂ ਬਾਅਦ ਇਹ ਮੇਰੇ ਬੱਚਿਆਂ ਕੋਲ ਜਾਵੇਗਾ ਅਤੇ ਮੈਂ ਆਪਣੇ ਵਾਲਦ ਸਾਹਿਬ ਦਾ ਰਿਕਸ਼ਾ ਚਲਾਉਣ ਲੱਗਿਆ ਅਤੇ ਚੱਲੇ ਹਾਂ ਚਮਰੂ। ਹਾਲਤ ਗੁਜਰ ਵਾਲੀ ਗਲੀ ਅੰਦਰ ਆਉਣਾ ਆਪ, ਚਲੋ ਠੀਕ ਹੈ ਮੇਰਾ ਜੀ, ਚਲੋ ਠੀਕ, ਚਲੋ ਠੀਕ। ਲਓ ਜੀ ਜਨਾਬ ਵੀਰ ਜੀ, ਇਹ ਗਲੀ ਆਪਾਂ ਜਾਣਾ ਅੰਦਰ ਅਤੇ ਸਾਡੇ ਨਾਲ ਹੀ ਆ ਜੀ, ਚਲੋ ਜ਼ਰਾ ਚੱਲੋ। ਜਨਾਬ ਅੱਜ ਭਰਾਵਾਂ ਅਤੇ ਵੀਰਾਂ ਵਾਸਤੇ ਇੱਕ ਨਵੀਂ ਚੀਜ਼ ਦੇ ਨਾਲ ਹਾਜ਼ਰ ਹੋਇਆ ਅਤੇ ਮਾਸ਼ਾਅੱਲਾ ਘੋੜੀ ਜਿਹੜੀ ਹੈ ਤੁਹਾਡੇ ਸਾਹਮਣੇ ਅਤੇ ਮਾਲਕ ਨਾਲ ਵੀ ਗੱਲਬਾਤ ਕਰਾਂਗੇ ਇਨਸ਼ਾਅੱਲਾ, ਇਹਦੇ ਬਾਰੇ ਦੇ ਵਿੱਚ ਪੁੱਛਾਂਗੇ ਦੱਸਾਂਗੇ। ਅਤੇ ਪਹਿਲੇ ਜਿਹੜਾ ਤੁਸੀਂ ਘੋੜੀ ਤੁਸੀਂ ਚੈੱਕ ਕਰੋ ਮਾਸ਼ਾਅੱਲਾ, ਅਤੇ ਬਾਕੀ ਗੱਲਾਂ ਬਾਅਦ ਦੀਆਂ। ਵੇਟ ਕਰ ਰਹੀ ਹੈ
क्लोज कर क्लोज ਤੁਸੀਂ ਮਾਸ਼ਾਅੱਲਾ ਦੇਖੀ ਹੈ ਘੋੜੀ ਦੇਖੀ ਹੈ ਅਤੇ ਹੁਣ ਜ਼ਰਾ ਭਾਈ ਹੋਰਾਂ ਨਾਲ ਗੱਲਬਾਤ ਵੀ ਕਰਦੇ ਹਾਂ ਤੁਹਾਡੇ ਨਾਲ ਅਤੇ ਤੁਹਾਡੇ ਸਾਹਮਣੇ ਤਾਂ ਕਿ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਜਾਵੇ ਅਤੇ ਜਨਾਬ ਮਾਸ਼ਾਅੱਲਾ ਕੈਮਰਾਮੈਨ ਜਿਹੜਾ ਹੈ ਉਹ ਘੋੜੀ ਤੁਹਾਨੂੰ ਅੱਗੋਂ ਵੀ ਵਿਖਾਉਂਦਾ ਪਿੱਛੋਂ ਵੀ ਵਿਖਾਉਂਦਾ ਅਤੇ ਉਸ ਤੋਂ ਬਾਅਦ ਉਹਨਾਂ ਜ਼ਿਕਰ ਨੂੰ ਜਿਹੜਾ ਮਾਲਕ ਨਾਲ ਵੀ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਲਓ ਜੀ ਘੋੜੀ ਜ਼ਰਾ ਮਾਸ਼ਾਅੱਲਾ ਵਿਖਾਓ ਪਿੱਛੋਂ ਵੀ ਇਹਨੂੰ ਵਿਖਾਓ ਥੱਲੋਂ ਵੀ ਪੈਰ ਪੂਰ ਸਾਰੇ ਲਓ ਜਨਾਬ ਮਾਸ਼ਾਅੱਲਾ ਚੀਜ਼ ਤੁਹਾਡੇ ਸਾਹਮਣੇ ਅਤੇ ਇਹ ਘੋੜੀ ਜਿਹੜੀ ਖੜ੍ਹੀ ਹੈ ਇਸ ਟਾਈਮ ਤੁਹਾਡੇ ਕੋਲ ਇਹਦੀ ਉਮਰ ਜੇ ਪੰਜ ਯਾਨੀ ਕਿ ਚਾਰ ਪੂਰੇ ਕਰ ਚੁੱਕੀ ਜੇ ਪੰਜਵੇਂ ਦੰਦ ਜੇ ਅਤੇ ਪੰਜ ਸਾਲ ਇਹਦੀ ਉਮਰ ਹੈਗੀ ਹੈ ਅਤੇ ਇਹ ਘੋੜਾ ਹੈ ਜੀ ਜਿਹਦੀ ਇਹ ਧੀ ਹੈ ਉਹ ਘੋੜਾ ਹੈ ਸਾਸੀ ਅਤੇ ਸਾਸੀ ਸਾਡੇ ਇਲਾਕੇ ਦਾ ਬੜਾ ਮਸ਼ਹੂਰ ਘੋੜਾ ਹੈ ਜਿਹੜਾ ਕਿ ਰੇਸ ਦੇ ਵਿੱਚ ਦੌੜਦਾ ਰਿਹਾ ਔਰ ਅਕਸਰ ਜਿਹੜੇ ਅੱਛੇ ਬੱਚੇ ਨੇ ਉਹ ਸਾਸੀ ਦੇ ਇੱਥੇ ਤੁਹਾਨੂੰ ਨਜ਼ਰ ਆ ਜਾਣਗੇ ਅਤੇ ਬੇਗ ਸਾਹਿਬ ਦਾ ਸਟੱਡ ਹੈ ਜੀ ਇੱਥੇ ਬੇਗ ਸਾਹਿਬ ਦਾ ਸਟੱਡ ਹੈਗਾ ਜਿਹੜਾ ਬਹਿਰੀਆ ਟਾਊਨ ਦੇ ਕੋਲ ਹੈ ਉੱਥੇ ਵੀ ਸਾਸੀ ਦੇ ਬੱਚੇ ਤੁਹਾਨੂੰ ਮਿਲ ਜਾਣਗੇ ਇਹ ਨਹੀਂ ਕਿ ਕੋਈ ਉਹ ਸੇਲ ਵਾਸਤੇ ਨੇ ਲੇਕਿਨ ਇਹ ਕਿ ਉਹਨਾਂ ਕੋਲ ਵੀ ਸਾਸੀ ਦੀ ਬਰੀਡ ਹੈਗੀ ਹੈ ਇਹ ਜਿਹੜੀ ਘੋੜੀ ਹੈ ਇਹ ਵੀ ਸਾਸੀ ਦੀ ਬੱਚੀ ਹੈ ਜਿਹੜੀ ਕਿ ਇਹ ਭਾਈ ਹੋਰਾਂ ਦੇ ਕੋਲ ਹੈ ਅਤੇ ਇਹ ਘੋੜੀ ਜਿਹੜੀ ਇਹ ਫੋਰ ਸੇਲ ਹੈ ਪੈਰ ਤੁਸੀਂ ਦੇਖ ਸਕਦੇ ਜੇ ਪੈਰ ਤੁਹਾਨੂੰ ਮੁਕੰਮਲ ਦਿਖਾ ਦਿੰਦੇ ਹਾਂ ਅਸੀਂ ਹੈਲੋ ਕੁਝ ਸਾਡੇ ਦੋਸਤ ਭਰਾ ਕਹਿੰਦੇ ਨੇ ਜੀ ਪੈਰ ਜਿਹੜੇ ਨੇ ਇਹਦੇ ਗਾਮਚੀਆਂ ਕੀ ਨੇ ਇਹਦੇ ਜਿਹੜੇ ਆ ਪੋਟਾਂ ਬਣੀਆਂ ਹੋਈਆਂ ਨੇ ਉਹ ਹੋ ਗਿਆ ਬੜੀਆਂ ਲੋਕ ਪਹਿਲਾਂ ਬਾਅਦ ਦੇ ਵਿੱਚ ਗੱਲਾਂ ਕਰਦੇ ਨੇ ਅਤੇ ਵੀਰ ਇਹ ਖੋਰੇ ਹੈਗੇ ਜੇ ਅਗਲੇ ਠੀਕ ਹੈ ਇਹ ਖੋਰ ਜੇ ਇਹ ਮੁਕੰਮਲ ਜਿਹੜਾ ਹੈਗਾ ਤੁਹਾਡੇ ਸਾਹਮਣੇ ਲੱਤਾਂ ਦੀ ਜਿਹੜੀ ਹੈ ਉਹ ਬਨਾਵਟ ਵੀ ਹੈ ਪੈਰ ਰੱਖਣ ਦਾ ਉਹਦਾ ਤਰੀਕਾ ਵੀ ਹੈ ਖੁਰ ਵੀ ਤੁਹਾਨੂੰ ਵਿਖਾ ਦਿੰਦੇ ਹਾਂ ਪਿੰਜਣੀਆਂ ਵੀ ਵਿਖਾ ਦਿੰਦੇ ਹਾਂ ਅਤੇ ਖਲੋ ਜਾ ਇੱਧਰ ਆ ਉਹ ਕੋਲ ਹੁੰਦਾ ਨਾ ਤੇਰਾ ਬੋਲਦਾ ਰਹੇ ਲਓ ਜੀ ਮਾਸ਼ਾਅੱਲਾ ਤੁਹਾਨੂੰ ਵਿਖਾਉਂਦੇ ਹਾਂ ਪੈਰ ਪੂਰ ਵੀ ਇਹਦੇ ਬਿਲਕੁਲ ਸਾਫ਼ ਨਲੀਆਂ ਨੇ ਕੋਈ ਕੁਛ ਨਹੀਂ ਹੈ ਬਿਲਕੁਲ ਸਹੀ ਹੈਗੀਆਂ ਨੇ ਕੋਈ ਪੋਟ ਸ਼ੋਟ ਨਹੀਂ ਹੈ ਕੋਈ ਪੋਟ ਸ਼ੋਟ ਇੱਧਰ ਨਹੀਂ ਕੋਈ ਦਰਦ ਨਹੀਂ ਮਨਾਉਂਦੀ ਅਕਸਰ ਹੁੰਦਾ ਕਿ ਜਾਨਵਰ ਦੇ ਕੋਈ ਪੋਟ ਹੋਵੇ ਅਤੇ ਉਹਨੂੰ ਜਦੋਂ ਦਵਾਈਏ ਉਹ ਦਰਦ ਮਨਾਉਂਦੀ ਪੈਰ ਚੁੱਕ ਲੈਂਦੀ ਹੈ ਲੇਕਿਨ ਇਸ ਤਰ੍ਹਾਂ ਦਾ ਕੋਈ ਨਹੀਂ ਹੈਗਾ ਪਰਲੀ ਜਿਹੜੀ ਹੈਗੀ ਹੈ ਉਹ ਪਰਲੀ ਵੀ ਠੀਕ ਹੈ ਅਤੇ ਮਾਸ਼ਾਅੱਲਾ ਬਾਡੀ ਦਾ ਜਿਹੜਾ ਸਟਰਕਚਰ ਹੈਗਾ ਉਹ ਵੀ ਤੁਹਾਡੇ ਸਾਹਮਣੇ ਕਿਉਂਕਿ ਤੁਸੀਂ ਘੋੜੀਆਂ ਵੇਖੀਆਂ ਨੇ ਦੇਸੀ ਵੀ ਵੇਖੀਆਂ ਨੇ ਆਪਣੀ ਆਪਣੀ ਨਸਲਾਂ ਦੀ ਹੁੰਦੀ ਹੈ ਜਿਹੜਾ ਇਹਦਾ ਪਿੰਡਾ ਹੈਗਾ ਪੂਰਾ ਉਹ ਮਾਸ਼ਾਅੱਲਾ ਪਿੰਡਾ ਦੌੜਨ ਵਾਲਾ ਪਿੰਡਾ ਹੈਗਾ ਸੋਹਣਾ ਪਿੰਡਾ ਸੋਹਣੇ ਆਪਦੇ ਪਿੰਡੇ ਦੀ ਹੈ ਔਰ ਇਹਦਾ ਜਿਹੜਾ ਹੈਗਾ ਆ ਵੇਖੋ ਸਾਰਾ ਹੀ ਮਾਸ਼ਾਅੱਲਾ ਖੂਬਸੂਰਤ ਚੀਜ਼ ਹੈਗੀ ਹੈ ਹੋਰ ਇਹਦੇ ਨਾਲੋਂ ਹੋਰ ਵੀ ਅਗਰ ਇਹਦੇ ਉੱਤੇ
तैयारी की जाए तो होर भी इन अच्छी इन जी बनावट हो सकती। इतों पिछों की जरा कैमरामैन तुम दिखा देने की पिछली जी साइड दिखा दे पिछों जनिया लत्तां जन्ना चुक के करीब तो जरा खलो के पिछले खोर भी तुसी वेख सकते जिंदे अगले खोर भी वेख सकते जे पिछले भी वेख सकते जे और इनका जी बनावट पिछों बाडी की बनावट लत्तां की बनावट पूरी मुकम्मल है तुसी देख सकते जे पिछला सारा हिस्सा जिहड़ा इहदा हैगा। तो लो जी ए एक सैड पिछली सैड होगी हूँ तुम्हें अगली सैड तो दिखा दें कि ए सैड तो लो जी ए सामने तो जी दोवें लत्तों की दरमियानी फासला जोड़ा है वो तुम देख लो इन यानी खलोन का जो तरीकेकार है जो एक सैड दो तो जोड़ा इनका जिसम है वो किस तरह का पेट किन्ना के गया असर देखा कि देसी घोड़ियाँ जड़िया देखिया ने उन्होंने बिल्कुल ढोल बने होंगे ने तो अक्सर लोग कहते हैं जी सून वाली हालांकि सून वाली नहीं होंगी लेकिन यह होंगे अपनी अपनी चीज़ की शनाख्त होंगी अपने अपने जड़ा हों जिमें कहें असला बोलता वो यह होंगे कि अपनी जी हम पहचान जानवर किस खून नाल किस खानदान नाल उनका तलक है वो सारा कुछ जानवर खुद अपने जड़ा वो बाडी तो ही दस दिता है कि वो किस नस्ल के नाल तलक रखती है। तो हुण तुहाडी असी मुलाकात कराने जी इन्हां दे ओनर नाल ते उन्हां कोलों मजीद जी असी इन्हें बारे च पुछांगे मुलाकात कराने अज उजैर भाई नाल मलिक उजैर साहब जिन्हां जिहड़े ओनर ने इस घोड़ी दे ते उन्हां कोलों गलबात पुछने आ कि एडी सोहणी घोड़ी कित्थों लई है ते वेख्या जे बकरे तो डर गई है कोई गल नहीं साढ़े तो नहीं डरी बकरे तो डरी माशाल्लाह जनाब ये उजैर भाई घोड़ी तो देखती पई है तो कैमरामैन साढ़े लगे हुए ने तुसी उजैर भाई दसो कि घोड़ी तुसी कित्थों लई बिलकुल ठीक है यानी कि ये सासी की बच्ची हैगी है ते इनकी उम्र कितनी हैगी तकरीबन सर 4 साल तो ज्यादा और 5 साल मतलब 5 साल इनकी एज ला दो ठीक 4 साल तो कर ठीक हो गया 5 साल ठीक है। अच्छा नादरीन नु ये भी तुसी दसो कि इनकी खुराक जड़ी हैगी है माशाल्लाह तुसी आखिर काफी अरसे तो किन्ने अरसे तो तुहाडे कोल हैगी घोड़ी सर मनु शौक पे 6 माह पहले पे है तो मैं 4 महीने बाद मतलब 4 महीने पहले जानवर परचेज किया है तो मैं इनू खुराक दे विच सुकी जई लूसन और नाल इनू दाना देता 2 किलो रोज़ाना का दाना जिंदे विच चोकर कदी कदी मैं इंदे विच दालटा घी थोड़ा बहुत मिला देना खुराक है बहुत अच्छी खुराक है इन्होंने वास्ते बेसिकली होंगी भी है कुछ लोग इन्हों भूसा डाल देना लेकिन वो इन्हों कंफर्ट नहीं होता वो इन्हें कोलिक का सबब बनता है इसलिए इन सिर्फ असी ज़्यादातर जवी दें कि जवी के नाल है जरा अपने आप का जिसम भी अच्छा रखती है और फुर्तीला जानवर रहा है जवी दे क्योंकि उनका सीड हों तो बहुत ज़्यादा ताकतवर साबित होता है बिल्कुल ठीक। अच्छा तुम उजैर भाई ये भी दसो कि घोड़ी तुम आप राइडिंग करते जे जी सर मैं सिर्फ मैं करता वा या मेरे भाई करते हैं ਇਸ ਤੋਂ ਇਲਾਵਾ ਅੱਜ ਤੱਕ ਇਸ ਘੋੜੇ ਤੇ ਮੈਂ ਕਿਸੇ ਨੂੰ ਨਹੀਂ ਬੈਠ ਦਿੱਤਾ ਫੁੱਲ ਕਿਤੇ ਦੁੜਾਈ ਤੁਸੀਂ ਹਾਂਜੀ ਇੱਕ ਤਪਾ ਇਤਫਾਕ ਹੋਇਆ ਤੇ ਇਹਨੂੰ ਦੌੜਾਉਣ ਦਾ ਤੇ ਉਹ ਮਾਸ਼ਾਅੱਲਾ ਭੱਜੀ ਸੀ ਕਾਫੀ ਅੱਛੀ ਚੱਲੀ ਹੈਗੀ ਸੀ। ਅੱਛਾ ਉਜ਼ੈਰ ਭਾਈ ਤੁਸੀਂ ਇਹ ਦੱਸੋ ਕਿ ਇਸ ਤੋਂ ਇਲਾਵਾ ਵੀ ਤੁਹਾਡੇ ਕੋਲ ਕੋਈ ਜਾਨਵਰ ਹੈ ਨਾ ਨਹੀਂ ਸਰ ਇੱਕ ਹੀ ਜਾਨਵਰ ਰੱਖਿਆ ਹੋਇਆ ਵੈਸੇ ਤੇ ਜਾਨਵਰ ਕਾਫੀ ਦੇਖੇ ਲੇਕਿਨ ਮੈਂ ਇਹੀ ਜਾਨਵਰ ਨੂੰ ਪਸੰਦ ਆਇਆ ਤੇ ਮੈਂ ਲੋ ਜੀ ਇਹ ਸਾਡੇ ਨਾਲ ਸਨ ਸਾਡੇ ਭਾਈ ਮਲਿਕ ਉਜ਼ੈਰ ਸਾਹਿਬ ਤੇ ਇਹਨਾਂ ਕੋਲੇ ਘੋੜੀ ਜੇ ਸਾਸੀ ਦੀ ਬੱਚੀ ਔਰ ਸਾਸੀ ਇੱਕ ਬਹੁਤ ਮਸ਼ਹੂਰ ਘੋੜਾ ਹੈ ਜਿਹੜਾ ਕਿ ਬੇਗ ਸਾਹਿਬ ਦੇ ਸਟਾਰਟ ਦੇ ਉੱਤੇ ਸੀ ਔਰ ਤੁਸੀਂ ਮੇਰੇ ਚੈਨਲ ਦੇ ਉੱਤੇ ਬਹੁਤ ਸਾਰੀ ਵੀਡੀਓ ਦੇਖੀਆਂ ਨੇ ਉਹਨਾਂ ਦੇ ਵਿੱਚ ਵੀ ਉਹ ਸਾਸੀ ਦੇ ਬੱਚੇ ਜਿਹੜੇ ਤੁਹਾਨੂੰ ਮੈਂ ਦਿਖਾਏ ਸੀ ਔਰ ਉਹੀ ਸਾਸੀ ਦੀ ਬੱਚੀ ਇਹ ਵਾਲੀ ਹੈ ਇਹਨਾਂ ਦੇ ਕੋਲ ਹੈ ਤੇ ਇਹ ਫੋਰ ਸੇਲ ਹੈਗੀ ਹੈ
तो अगर तुसी इस घोड़ी नू खरीदना चाहते जे लेना चाहते जे तो फिर तुसी मेरे नाल राबता कर सकते जे। तो मेरा फोन नंबर जेड़ा 0334-4150-962 मेरा फोन नंबर है और यो ही मेरा नंबर वट्सएप का भी है। जल्दी करो तो राबता करो अगर तुसी ये बछेरी लेना चाहते जे घोड़ी लेना चाहते जे तो मेरे नाल तुसी राबता कर सकते जे। तो मजीद जेड़ा हुण असी जेड़ा इनू ज़रा क टोर के तुहानू विखाने आ ताकि तुहानू मजीद जेड़ा इंदा पता लग जाए। अवे बनाए तो छे रेट ले लें छे रेट दे दोगे ना वीडियो हूने नहीं व्हाट्सएप नहीं लेने गर्म हो गई असल कहते मैं छोड़ लो जी। माशाल्लाह तुसी देखिया कि घोड़ी जिहड़ी है टोरा छोरा भी करदी है ते घोड़ी दौड़दी भी है ते माशाल्लाह मुड़क हो गई है झग निकल गई थी चलो जी टोरो अं ले जाओ भाजी बस स्लो मोशन भी बना लिया एक शॉट स्लो मोशन ते मेरे भरावां नूं ये वीडियो कैसी लगी उम्मीद करना इंशाल्लाह ताला बहुत प्यारी लगी होगी। तो इस तरह की वीडियो इंशाल्लाह तुहाडे वास्ते वीर लभ लभ के लियांदा रहेगा ते आपदे भरावां दे शौक जिहड़े ने वो पूरे करांदा रहेगा। तो जे घोड़ी लैण दा किसे दा मूड होवे ते यारां ने टशन भी करने होवन ते फिर मेरा नंबर तुहाडे कोले आ गया 0334-4150-962 यही मेरा नंबर है जी। दूसरा तो वट्सएप का नंबर भी यो ही है। तो जे अगर भी तुहाडे कोले भी कोई इस तरह की कोई चीज़ है तो तुसी विखाना चाहते जे सारे बेलियां नू सारे भरावां नू तो फिर भी तुसी मेरे नाल राबता कर सकते जे 0334-4150-962। तो घोड़ी खरीदने वास्ते भी तुसी मेरे नाल राबता करो जे घोड़ी लैनी है तो वेचनी भी है फिर भी तुसी मेरी खिदमात लै सकते जी। प्राइस व्हाट्सएप पे ते प्राइस जेड़ी है लोग कहंदे ने बाबा जी तुसी प्राइस नहीं दसदे ते प्राइस जेड़ी हैगी है इहदी जनाब तुहानू व्हाट्सएप ते दसांगे जे अगर तुसी लैनी है क्योंकि ज़्यादा कॉलां ना करे जे मैं पहला ही हाथ जोड़दा पिया सारी रात बाबा खप जांदा है तुहाडे फोन सुन के चस्के लैण वाले चस्के वाले वास्ते जी माजरत ते चस्किया वास्ते मैं वीडियो बना दी तो जिन्हें कॉल करके लैनी ना वो ही मैं कॉल करे तो कॉल होगी जी व्हाट्सएप के उत्ते
ਤੇ ਗੱਪਾਂ ਛੱਪਾਂ ਮੇਰੇ ਨਾਲ ਥੋੜੀਆਂ ਮਾਰਿਆ ਕਰੋ, ਰੋਲਾ ਰੱਖ ਕੇ ਮੇਰੀ ਆਪਦੀ ਬੈਟਰੀ ਡਾਊਨ ਹੋਈ ਹੁੰਦੀ। ਤੇ ਜਦ ਚਾਹਨਾ ਜਨਾਬ ਫਿਰ ਇਨਸ਼ਾਅੱਲਾ ਮੁਲਾਕਾਤ ਹੋਵੇਗੀ ਨਵੀਂ ਵੀਡੀਓ ਦੇ ਨਾਲ। ਫੀ ਮਾਨੁੱਲਾ।